ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਚਾਰ ਬਿਹੜਾ ਵਿਖਾਉਣੀਆਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਗੱਬਣ ਇੱਕ ਤੋਕੜ ਗੱਬਣ ਚੈੱਕ ਪਾਸ ਟੋਟਲ ਚਾਰ ਪਸ਼ੂ ਹੈ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਦਾ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ। ਫੋਨ ਨੰਬਰ 9814326166। ਇੱਕ ਨੰਬਰ ਤੋਂ ਸ਼ੁਰੂ ਕਰ ਲਓ ਜਰਸੀ ਕੰਨ ਮੈਂ ਸੁਹਾ। ਇਹ ਬਾਈ ਦੂਜਾ ਸੁਹਾ ਸੁਈ ਆਪ ਨੂੰ ਦੱਸਣ ਤੱਕ। ਹੋਊਗੀ ਵੀ ਦੂਜਾ ਸਾਈਡ ਦੇ ਕਿੰਨੇ ਦਾ ਦੰਦ ਚਾਗਦੀ ਆ ਜੀ। ਠੀਕ ਆ। ਇਹ ਆਪਾਂ ਜਿੱਥੇ ਲਈ ਆ ਬਾਈ ਆਪ ਨੂੰ 13-14 ਦਿਨ ਦੁੱਧ ਦੱਸਿਆ ਇਹਦਾ। ਮੈਂ ਇਹ ਸੁਈ ਦਿੱਤਾ। ਫਿਰ ਕੀ 14-15 ਵੀ ਅੱਜ ਵੀ 13 ਦਾ ਵਿਆਹ ਹੀ ਆਉਗਾ। ਜੈਤ ਜਮਾਲਾ। ਜੈ ਜੀ ਮੁੱਲ ਬਾਈ ਆਪਾਂ 47000 ਚ ਮਾਨਤਾ ਨੇ ਕਰ ਦਾਂ ਠੀਕ ਹੈ ਇਹ ਮਾਨੀ ਗਾਲ ਵੀ ਸਵੇਰ 4 ਵਜੇ ਸੁੱਈ ਆ ਜੇਰੇ ਦੀ ਹੋ ਪਈ ਆ ਪੈ ਗਈ ਸਾਰੀ ਕੱਢੀਏ ਬਾਹਰ ਨੂੰ ਦੋਸਤੋ ਜੇਰ ਪੈ ਗਈ ਹੈ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਆ ਤੁਸੀਂ ਵੇਖ ਸਕਦੇ ਆ ਜੇਰ ਪ੍ਰੋਪਰ ਪੈ ਗਈ ਆ ਦੂਜੇ ਸੂਏ ਜਰਸੀ ਸੂਈ ਆ ਕੰਨੀਆਂ ਵਾਲੇ ਦੰਦ ਬਾਈ ਕਹਿੰਦਾ ਚੱਕਦੀ ਆ ਮਗਰ ਭੱਬੂ ਆ ਮੇਲ ਕਾ ਫਸ਼ੜਾ ਸੋਹਣੀ ਜਰਸੀ ਆ ਵਜਨ ਵਾਲੀ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ 13 14 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਠੰਡੀ ਢੀਲਾ ਭਾਵੇਂ ਇੱਥੇ ਹੀ ਬਹਿ ਜਾ ਸੀਲ ਸੌ ਪੂਰੀ ਆ ਬਾਈ ਕਹਿੰਦਾ ਭਾਵੇਂ ਇੱਥੇ ਹੀ ਬਹਿ ਜਾ ਯਾਨੀ ਕਿ ਪਵਾਂ ਜਵਾਗ ਚੋਲਣ ਬੰਦੇ ਚੋਲਣ ਮਾਗੇ ਵੀ ਆਮ ਹੀ ਗੱਲਾਂ ਕਰਦਾ ਹੁੰਦਾ ਜਰਸੀਆਂ ਤਾਂ ਬੱਕਰੀਆਂ ਰਗੀਆਂ ਹੁੰਦੀਆਂ ਜਿਹੜਾ ਕੋਈ ਮਰਜ਼ੀ ਭੈਣ ਭਰਾ ਚਵਾਈ ਕਰ ਲੇ ਇੰਨੀਆਂ ਸੀਲ ਸਾਉ ਹੁੰਦੀਆਂ ਲੱਤ ਛੜਾ ਵਾਲਾ ਤਾਂ ਕੋਈ ਚੱਕਰ ਹੀ ਨਹੀਂ ਰੱਸਾ ਨਿਆਣਾ ਪਾਉਣਾ ਰੱਸੀ ਪਾਉਣੀ ਆ ਤਾਂ ਪਾਲੇ ਜੇ ਨਹੀਂ ਪਾਉਣੀ ਤਾਂ ਵੀ ਕੋਈ ਚੱਕਰ ਨਹੀਂਗਾ ਫਲ ਸੀਲ ਸਾਉ ਆ ਹੂੰ ਚਵਾਈ ਪੂਰੀ ਚੰਗੀ 47000 ਦੀ ਬਾਈ ਕਹਿੰਦਾ ਦੇ ਦੇਣੀ ਹੈ ਬਾਕੀ ਸੂਈ ਸਵਾਈ ਹੈਗੀ ਆ ਜਿਹਦੇ ਪਸੰਦ ਆਊਗੀ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਚੋਕੇ ਲੈ ਜੇ 2 ਨੰਬਰ ਤੇ ਆ ਜੀਏ ਇਹ ਬਾਈ ਹੋਣੀ ਸੋਈ ਆ ਤਕਰੀਬਨ ਨੂੰ ਹੋਏ ਅੱਧਾ ਪੌਣਾ ਘੰਟਾ ਹੀ ਹੋਇਆ ਹੋਊਗਾ ਠੀਕ ਹੈ ਹਾਂਜੀ ਬਾਈ ਇਹਦੇ ਆਪਾਂ ਜੀ ਸੁਲਈ ਆਪਾਂ ਇਹਦੇ ਦੋਸਰੇ ਗਿਆ 16 ਕਿਲੋ ਇਹ ਕਿ 17 ਪਿਆ ਜੀ 18 ਪਿਆ ਜੀ 16 ਪਿਆ ਜੀ ਠੀਕ ਹੈ ਜੀ ਹਾਂ ਤੇ ਇਹਦੇ ਮਗਰੀ ਵੀ ਬੱਛਾ ਹੀ ਆ ਕੱਢੀਏ ਬਾਹਰ ਨੂੰ ਜੇਰੀ ਦੀ ਤਰੀਕਾ ਜਦੋਂ ਗਈ ਜੇਰ ਪੈ ਜੇ ਦੋਸਤੋ ਮਗਰ ਬੱਚਾ ਹੀ ਐ ਇੱਕ ਨੰਬਰ ਦੇ ਤੇ ਦੋ ਨੰਬਰ ਦੇ ਵੀ ਦੂਜੇ ਸੂਵੇ ਸੂਈ ਐ 16 17 ਕਿਲੋ ਦੁੱਧ ਬਾਈ ਦੱਸਦਾ ਕਿ ਜਿੰਨਾ ਤੋਂ ਲਈਓ ਦੱਸਦੀ ਐ ਕਿ ਅਸੀਂ ਚੋਇਆ ਇਹ ਪਿਆਜੇ 16 ਇਹ ਪਿਆਜੇ 17 ਇਹ ਪਿਆਜੇ 18 ਬਾਈ ਕਹਿੰਦਾ ਇੱਥੇ ਦੁੱਧ ਪਿਆਜੂਗੀ ਸੋਹਣੀ ਬੱਚੀ ਐ ਥਣਪਾਂਡੇ ਦੀ ਇਹ ਵੀ ਸਾਫ਼ ਸੁਥਰੀ ਹਵਾਨਾ ਸੋਹਣਾ ਠੋਸ ਨਿਗਰ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿਗਰ ਹਵਾਨਾ ਕਾਲੇ ਰੰਗ ਦੀ ਬੱਚੀ ਐ ਦੂਜਾ ਸੂਆ ਥਣ ਪੂਰਾ ਚੰਗਾ ਅਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਥੋੜਾ ਸਮਾਂ ਹੀ ਹੋਇਆ ਵੀਰ ਕਹਿੰਦਾ ਸੂਈ ਨੂੰ ਜੇਰ ਤੁਰਪੀ ਆ ਹੋਰ ਘੰਟੇ ਅੱਧੇ ਘੰਟੇ ਤੱਕਰਾ ਜਦੋਂ ਬਹਿ ਗਈ ਜੇਰ ਪੈ ਜਾਣੀ ਸੱਡ ਦੇਣੀ ਇਹਨੇ ਸੀਲ ਸਹੁ ਇਹ ਵੀ ਪੂਰੀ ਆ ਬਾਕੀ ਆ ਤੁਸੀਂ ਚਵਾਈ ਵੇਖ ਲਓ ਹੂੰ ਮੋਟੀ ਧਾਰ ਹੈ ਬਾਕੀ ਸੂਈਆਂ ਸਵਾਈਆਂ ਹੈਗੀਆਂ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੋਕ ਕੇ ਲੈ ਜੇ ਮੱਲ ਆਪਣੇ ਘਰੇ ਲੈ ਟਸੱਲੀ ਕਰਕੇ ਲੈ ਕੇ ਜਾਵੇ ਆਪਾਂ ਜਦੋਂ ਆਪ ਕਹਿੰਨੇ ਵੀ ਅਗਲੇ ਮਹੀਨੇ ਪੈਸੇ ਲਾਉਣੇ ਆ ਸਹੀ ਆ ਉਹਦਾ ਟਸੱਲੀ ਕਰਕੇ ਲੈ ਕੇ ਜਾਵੇ ਪਜਾਇਤ ਜਾਂ ਮੁੱਲ ਇਹ 55000 ਜਮਾਨਤਨ ਕਰ ਦਾਂਗੇ ਬਈ ਠੀਕ ਆ ਤਿੰਨ ਨੰਬਰ ਤੇ ਆ ਜੀਏ ਇਹ ਬਈ ਪੰਜ ਮਹੀਨੇ ਦੀ ਗੱਬਣਾ ਇਹ 8 ਕਿਲੋ ਦੁੱਧ ਆ 7 ਕਿਲੋ ਬੰਦਾ ਆਪਣੇ ਘਰੇ ਜਿੰਨੇ ਮਰਜ਼ੀ ਚੋਲੋ ਜਾਵੇਦਾ 7 ਕਿਲੋ ਆਪਾਂ ਚਵਾ ਕੇ ਦੇਵਾਂਗੇ ਪੰਜਾਂ ਦੀ ਗੱਬਣਾ ਪੰਜਾਂ ਦੀ ਗੱਬਣਾ ਚੈੱਕ ਪਾਸ ਆ ਮੁੱਲ ਮੁੱਲ ਆ ਭਾਈ ਦੇਵਾਂਗੇ 70000 ਸਹੀ ਆ ਦੋਸਤੋ ਪੰਜਾਂ ਮਹੀਨੇ ਦੀ ਗੱਭਣ ਚੈੱਕ ਪਾਸ 8 ਕਿਲੋ ਦੁੱਧ ਦਾ 7 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆਜੇ ਦੋ ਟਾਈਮ ਚਾਰ ਟਾਈਮ ਭਾਵੇਂ ਜਿੰਨੇ ਟਾਈਮ ਮਰਜੀ ਅਗਲਾ ਚਵਾਈ ਕਰਕੇ ਲੈ ਜੇ ਕੱਦ-ਕਾਠ ਵੱਡਾ ਹੀ ਐ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਦੇਣਾ ਥਾਣਾ-ਫਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ 10:30 ਵੀਡੀਓ ਬਣਾ ਰਿਹਾ 10:26 ਮਿੰਟ ਦੇ ਕੱਦ-ਕੁੱਦ ਬਹੁਤ ਨੇ ਮੇਰਾ ਕਹਾ ਦੇ ਕਿੱਦਾਂ ਬਰਾਬਰ ਹੁੰਦੀ ਆ ਸਹੀ ਆ 10:26 ਮਿੰਟ ਤੇ ਵੀਡੀਓ ਬਣਾ ਰਿਹਾ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੱਕ ਰਹਵਾਨਾ ਦੁੱਧ ਨਾਲ ਭਰ ਲੈਣਾ ਸਵੇਰ ਦੀ ਚਵਾਈ ਹੋਈ ਐ 8 ਕਿਲੋ ਦੁੱਧ ਆ ਬਾਈ ਕਹਿੰਦਾ 7 ਕਿਲੋ ਮੰਨ ਕੇ ਅਗਲਾ ਆਜੇ ਚਵਾਈ ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਪਹਿਲੀਆਂ ਤਿੰਨੇ ਵੜਾਂ ਸੂਈਆਂ ਸਵਾਈਆਂ ਹੈਗੀਆਂ ਆਪ ਦੀ ਰੀਜਨਲ ਤਸੱਲੀ ਕਰਕੇ ਲਿਜਾਓ ਬਾਈ ਜਦੋਂ ਅਗਲੇ ਨੇ ਪੈਸੇ ਲਾਉਣੇ ਆ ਤਸੱਲੀ ਕਰੇ ਆਪਣੇ ਘਰੇ ਆਪ ਆਵੇ ਚੱਲ ਕੇ ਆਪਾਂ ਜਦੋਂ ਆਪ ਕਹਿੰਨੇ ਆ ਹਨਾ ਹੂੰ ਸਹੀ ਗੱਲ ਕੋਈ ਲਾਲਚ ਆ ਵੀ ਅਗਲਾ ਗਏ ਬਾਈ ਭੇਜ ਦੇ ਪੈਸੇ ਬਾ ਨਹੀਂ ਭੇਜਾਂਗੇ ਆਪ ਕਹਿੰਨੇ ਆਪਣਾ ਕਰੇ ਤਸੱਲੀ ਕਰੇ ਦੋ ਡੰਗ ਤਿੰਨ ਡੰਗ ਕਰੇ ਸਹੀ ਆ ਲਾਸਟ ਇਹ ਬਾਈ ਹਫਤਾ ਲਊਗੀ ਸੋਚ ਇੱਕ ਹਫਤਾ ਹਾਂ ਬਾਈ ਕਿੰਨਾ ਕੁ ਦੁੱਧ ਦੇ ਦੂ ਇਹ ਦੁੱਧ ਬਾਈ ਇਹਦਾ ਆਪਣਾ 13-14 ਕਿਲੋ ਦੱਸਿਆ ਸੀ ਚਲ ਲਈ ਮੁੱਲ ਮੁੱਲ ਇਹ ਵੀ ਆ 47000 ਜੀ ਚਾਰ ਨੰਬਰ ਲਾਸਟ ਵੀ 47 ਦੀ 13-14 ਕਿਲੋ ਦੁੱਧ ਬਾਈ ਦੱਸਦਾ ਕਿ ਆਪਾਂ ਨੂੰ ਦੱਸਿਆ ਜਿੰਨਾ ਤੋਂ ਲਈ ਹੈ ਇੱਕ ਹਫਤੇ ਦੀ ਕੱਚੀ ਆ ਵਾਲਟੇਲਾ ਚਾਰਛਪੇਰੀ ਬਹੁਤ ਪਈਆਂ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਚੀ ਹੈ ਦਿਨ ਜ਼ਰੂਰ ਸੱਤ ਲੈ ਜਾਣੇ ਆਨੇ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸਾਰੀ ਵਾਲਟੇਲ ਕੱਢ ਕੇ ਸੂ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਝੋਲ ਵਾਲੀ ਬੱਛੀ ਹੈ ਲੇਵਾ ਲਾਹੂ ਬਹੁਤ ਠੰਡੀ ਸੀ ਰਹੀ ਬਹੁਤ ਸਿਲ ਸਹੁ ਇਹ ਵੀ ਬਾਈ ਕਹਿੰਦਾ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖੀ ਤੇ ਜਲਦੀ ਜੁੜੀ ਨਹੀਂ ਹੂੰ ਦੋਸਤੋ ਇੱਕ ਬੁੱਬੀ ਜੀ ਹੈਗੀ ਆ ਨਾ ਮਾਤਰ ਜੀ ਹੈ ਮਸਾ ਉਂਗਲ ਦੇ ਫੁੱਲ ਜੀ ਕਰ ਗਈ ਆ ਪਹਿਲਾਂ ਦੱਸਾਂ ਜਾਂਗਾ ਬਈ ਅਗਲਾ ਕਹਿੰਦਾ ਮੁੜ ਕੇ ਦੱਸਿਆ ਨਹੀਂ ਹੂੰ ਸਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਜੇ ਮੁੱਲ ਦੀਆਂ 4 ਵਹਿੜਾਂ ਜੇ ਕੋਈ ਤਾਜੀ ਸੂਈ ਸਵਾਈ ਲੈਣ ਦਾ ਚਾਹ ਬਾਣਾ ਤਾਜੀ ਸੂਈ ਵੀ ਹੈਗੀ ਆ ਟੋਕੜ ਗੱਬਣ ਵੀ ਹੈਗੀ ਆ ਤੇ ਕੱਲੀ ਗੱਬਣ ਵੀ ਹੈਗੀ ਆ ਦੋ ਬਦਾ ਮੀਂਹ ਰੰਗ ਦੀਆਂ ਜਰਸੀਆਂ ਦੋ ਕਾਲੇ ਰੰਗ ਦੀਆਂ ਵਹਿੜਾਂ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵੈਡ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਪੂਰੀ ਵੇਰੀ ਦੱਸ ਦੇਣਾ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸ਼ੁਸ਼ਕ